रुकूंगा आज मैं, जब तक बैन तो नहीं होगा, नहीं रुकूंगा इसको भाई। अरे मैं इसको पैसा पैसा कर रहा हूँ, ये बात की अपनी वीडियो है, आप हाथ लगाएंगे? मत खोलिए। अरे रुक, फोन दो मेरे को। फोन कहाँ है बैन चोद? आपका फोन कहाँ है? फोन पैसा ही आ गया माधर चोद। फोन कहाँ है आपका? फोन कहाँ है? मेरी बात सुनो ना, आप बताओ मेरे कहने। अरे आप ना मेरी कार तोड़ लेना, आप मारना, मैं हाथ तक नहीं जोड़ूंगा। मेरे कहने से एक बार उतर जाऊंगा। अरे वो वर्दी वाले का नाम राजेश गांव है। अरे यार मेरे को फोन दे, मैं प्रकाश प्रकाश बिजोल जी को फोन कर रहा हूँ। फोन दे मल्जी, गाड़ी में फोन आपका? फोन है क्या? तो बात पता नहीं क्या है, गाड़ी में चेक कर। गाड़ी में क्या? गाड़ी में आपको गाड़ी 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 अरे जो आज बैन करोड़ा पीछे। ਸਿਗਲ ਦੋਸਤੋ, ਦਿੱਲੀ ਦੇ ਵਿੱਚ ਕੱਲ ਰਾਤੀ ਇੱਕ ਵੱਡਾ ਵਿਵਾਦ ਉਸ ਮੌਕੇ ਹੋ ਗਿਆ ਜਦੋਂ ਦਿੱਲੀ ਪੁਲਿਸ ਦੇ ਵਿੱਚ ਇੱਕ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਪੁਲਿਸ ਵਾਲਿਆਂ ਨੇ ਇੱਕ ਸਰਦਾਰ ਨੌਜਵਾਨ ਦੀ ਦਸਤਾਰ ਉਤਾਰ ਦਿੱਤੀ ਤੇ ਉਸ ਨੂੰ ਕਾਫੀ ਗਾਲੀ ਗਲੋਚ ਵੀ ਕੀਤਾ, ਜਿਸ ਤੋਂ ਬਾਅਦ ਇਹ ਨੌਜਵਾਨ ਪਹਿਲਾਂ ਤਾਂ ਸੁਣਦਾ ਰਿਹਾ। ਜਦੋਂ ਪੁਲਿਸ ਵਾਲਿਆਂ ਨੇ ਇਸ ਦੀ ਦਸਤਾਰ ਨੂੰ ਹੱਥ ਪਾਇਆ ਤਾਂ ਇਸ ਦੇ ਸਬਰ ਦਾ ਬੰਨ ਟੁੱਟ ਗਿਆ। ਉਸ ਤੋਂ ਬਾਅਦ ਕੀ ਸੀ, ਇਸ ਨੇ ਇੱਕ ਪਰਨਾ ਬੰਨਿਆ ਤੇ ਉਸ ਤੋਂ ਬਾਅਦ ਪੁਲਿਸ ਦੀ ਗੱਡੀ ਦੇ ਉੱਪਰ ਜਾ ਕੇ ਬੈਠ ਗਿਆ ਅਤੇ ਇਨਸਾਫ ਦੀ ਮੰਗ ਕਰਨ ਲੱਗਿਆ। ਇੱਥੇ ਇਸ ਮੌਕੇ ਉਹੀ ਪੁਲਿਸ ਵਾਲੇ ਇਸ ਸਰਦਾਰ ਨੌਜਵਾਨ ਦੇ ਅੱਗੇ ਹੱਥ ਬੰਨਦੇ ਹੋਏ ਦਿਖਾਈ ਦਿੱਤੇ, ਜਿਸ ਤੋਂ ਬਾਅਦ ਮੌਕੇ ਤੇ ਕਾਫੀ ਜ਼ਿਆਦਾ ਪਬਲਿਕ ਵੀ ਇਕੱਠੀ ਹੋ ਗਈ ਅਤੇ ਉਹਨਾਂ ਦਾ ਗੁੱਸਾ ਪੁਲਿਸ ਤੇ ਫੁੱਟ ਪਿਆ ਅਤੇ ਇਸ ਮੌਕੇ ਪੁਲਿਸ ਵਾਲੇ ਆਪਣੀ ਜਾਨ ਬਚਾਉਂਦੇ ਨਜ਼ਰ ਆਏ ਅਤੇ ਇਸ ਸਰਦਾਰ ਨੌਜਵਾਨ ਨੂੰ ਵਾਰ ਵਾਰ ਕਹਿ ਰਹੇ ਸਨ ਕਿ ਉਹ ਉਸ ਤੋਂ ਮਾਫ਼ੀ ਮੰਗਦੇ ਨੇ, ਤੂੰ ਇਹਨਾਂ ਦੀ ਗੱਡੀ ਤੋਂ ਉੱਤਰ ਜਾ। ਹਾਲਾਂਕਿ ਇਸ ਤੋਂ ਬਾਅਦ ਇਸ ਨੌਜਵਾਨ ਵੱਲੋਂ ਵੀ ਇਹਨਾਂ ਨੂੰ ਗਾਲੀ ਗਲੋਚ ਦਾ ਬਦਲਾ ਗਾਲੀ ਗਲੋਚ ਨਾਲ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਉਹਨਾਂ ਨੇ ਉਸ ਦੀ ਦਸਤਾਰ ਨੂੰ ਹੱਥ ਪਾਇਆ ਅਤੇ ਉਹ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਫਿਰ ਕਿਸੀ ਇਸ ਤੋਂ ਬਾਅਦ ਇਹ ਮਾਮਲਾ ਕਾਫੀ ਜ਼ਿਆਦਾ ਵੱਧ ਗਿਆ ਅਤੇ ਖਬਰ ਬਣਾਉਣ ਤੱਕ ਇਸ ਮਾਮਲੇ ਦੀ ਗੂੰਜ ਹੁਣ ਵੱਡੇ ਅਫਸਰਾਂ ਦੇ ਕੰਨਾਂ ਤੱਕ ਪੈ ਗਈ ਹੈ, ਜਿਸ ਤੋਂ ਬਾਅਦ ਇਹ ਮਾਮਲਾ ਥਾਣੇ ਤੱਕ ਵੀ ਪਹੁੰਚ ਗਿਆ। ਹਾਲਾਂਕਿ ਉਸ ਤੋਂ ਬਾਅਦ ਦੋਵੇਂ ਪਾਰਟੀਆਂ ਦੇ ਵਿੱਚ ਕੰਪਰੋਮਾਈਜ਼ ਹੋਇਆ ਜਾਂ ਫਿਰ ਇਸ ਨੌਜਵਾਨ ਵੱਲੋਂ ਬਾਅਦ ਦੇ ਵਿੱਚ ਵੀ ਕੋਈ ਸਖ਼ਤ ਕਾਰਵਾਈ ਕਰਵਾਈ ਗਈ, ਉਸ ਦੀ ਮੰਗ ਕੀਤੀ ਗਈ, ਇਸ ਦੇ ਬਾਰੇ ਤਾਂ ਪਤਾ ਨਹੀਂ ਲੱਗ ਸਕਿਆ। ਪਰ ਇਸ ਨੌਜਵਾਨ ਨੇ ਜੋ ਸਟੈਂਡ ਲਿਆ ਹੈ ਆਪਣੀ ਦਸਤਾਰ ਦੇ ਇਸ ਤਰ੍ਹਾਂ ਅਪਮਾਨ ਦਾ ਬਦਲਾ ਲੈਣ ਦੇ ਲਈ, ਉਸਦੇ ਕਰਕੇ ਇਸ ਨੌਜਵਾਨ ਦੀ ਚਾਰੇ ਪਾਸੇ ਤਰੀਫ ਹੋ ਰਹੀ ਹੈ ਅਤੇ ਕਿਹਾ ਜਾ ਰਿਹਾ ਕਿ ਜੇਕਰ ਕੋਈ ਇਸ ਤਰ੍ਹਾਂ ਤੁਹਾਡੇ ਦਸਤਾਰ 'ਤੇ ਹੱਥ ਵੀ ਲਗਾਉਂਦਾ ਹੈ ਗਲਤ ਮਨਸੂਬੇ ਦੇ ਨਾਲ, ਤਾਂ ਉਸਦੇ ਖਿਲਾਫ਼ ਸਖ਼ਤ ਕਾਰਵਾਈ ਮੌਕੇ 'ਤੇ ਹੀ ਕਰ ਦੇਣੀ ਅਤੇ ਕਰਵਾ ਦੇਣੀ ਚਾਹੀਦੀ ਹੈ। ਸੋ ਦੋਸਤੋ, ਇਸ ਨੌਜਵਾਨ ਵੱਲੋਂ ਜੋ ਸਟੈਂਡ ਲਿਆ ਗਿਆ, ਜੋ ਪੁਲਿਸ ਵਾਲਿਆਂ ਦਾ ਵਿਰੋਧ ਇਸ ਤਰੀਕੇ ਦੇ ਨਾਲ ਕੀਤਾ ਗਿਆ, ਕੀ ਤੁਸੀਂ ਉਸ ਦੇ ਨਾਲ ਸਹਿਮਤ ਹੋ ਜਾਂ ਫਿਰ ਨਹੀਂ, ਯੈਸ ਜਾਂ ਨੋ ਦੇ ਵਿੱਚ ਤੁਸੀਂ ਆਪਣੀ ਰਾਏ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ। ਅਤੇ ਹੁਣ ਤੁਹਾਨੂੰ ਪੂਰੀ ਵੀਡੀਓ ਵੱਲ ਵੀ ਲੈ ਚੱਲਦੇ ਹਾਂ। ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਅਨਲਿਮਿਟਡ ਗਿਆਨ ਦੇ ਨਾਲ, ਅਤੇ ਜੇਕਰ ਤੁਸੀਂ ਵੀਡੀਓ ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਫੇਸਬੁੱਕ ਪੇਜ ਅਨਲਿਮਿਟਡ ਗਿਆਨ ਮੀਡੀਆ ਨੂੰ ਵੀ ਜ਼ਰੂਰ ਲਾਈਕ ਫੋਲੋ ਕਰ ਲੈਣਾ। ਸੋ ਆਓ ਹੁਣ ਤੁਹਾਡੇ ਸਾਹਮਣੇ ਰੱਖਦੇ ਹਾਂ ਇਹ ਵੀਡੀਓ। अरे मैं इसको पैसा पैसा कर रहा हूँ, ये बात की अपनी वीडियो है, आप हाथ लगाएंगे? मत खोलिए। अरे रुक, फोन दो मेरे को। फोन कहाँ है बैन चोद? आपका फोन कहाँ है? फोन पैसा ही आ गया माधर चोद। फोन कहाँ है आपका? फोन कहाँ है? मेरी बात सुनो ना, आप बताओ मेरे कहने। अरे आप ना मेरी कार तोड़ लेना,
अरे यार मेरे को फोन दे, मल्जी गाड़ी में फोन आता फोन है क्या, पता नहीं क्या गाड़ी में चेक कर, गाड़ी में जा गाड़ी में आ गाड़ी गाड़ी अरे जो आज बैन करो ना पीछे।